हेलो भाई, सत श्री अकाल सारे, स्वागत है आपका साडे यूट्यूब चैनल ते मिस्टर मिसेस थापड़ ते। ते अज तुहाडे लई हैगा एक सरप्राइज़ ते हां जी, मतलब जा रहे हैं किते, बट उधर दसांगे नहीं आप कितने चलने हैं, ते आप थंबनेल च भी नहीं लिखा होया कि जो तुम गैस लगा पैकिंग तो जज भी कर सकते हो, मतलब गैस ला सकते हो, जज कर सकते हो, हो ही हो गया, जज गैस कर सकते हो कि आप कितने चले हैं। ਤੁਹਾਨੂੰ ਇਹ ਨਹੀਂ ਪਤਾ ਲੱਗਣਾ ਆਪਾਂ ਕਿੱਧਰ ਚੱਲੇ ਹਾਂ, ਪਰ ਤੁਹਾਨੂੰ ਇੱਦਾਂ ਲੱਗੇਗਾ ਕਿ ਆਪਾਂ ਚੱਲੇ ਹਾਂ ਇੰਨਾ ਸਮਾਨ ਲੈ ਕੇ। ਬਾਕੀ ਨਾ ਜੀ ਮੂੰਹ 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 ਤੇ ਉਤਰੇ ਪਏ, ਮੂੰਹ ਤੇ ਉਤਰੇ ਪਏ, ਇੰਨੇ ਚਿਰ ਦਾ ਸੁਪਨਾ ਸੀ ਤੇਰਾ, ਮੂੰਹ ਤੇ ਉਤਰਿਆ ਪਿਆ। ਮੂੰਹ ਤੇ ਬਿਆਹ ਕਰ ਛੱਡ ਚੱਲੇ ਆਂ ਦੇ ਲਜਾ ਹੋ ਰਿਹਾ ਆ, ਘਰ ਛੱਡਣੇ ਸੋਖੇ ਨਹੀਂ। ਤੁਹਾਡਾ ਮੂੰਹ ਬਣਿਆ ਹੈ कोई नहीं, आप तीन चार साल बाद आए ना वापस। ਗਏ ਤੁਰ ਆਪਾਂ ਇੱਥੇ ਸੀਏ ਦੀ ਭੂਮੀ ਲਈ ਰੁਕੇ ਆ, ਤੇ ਇੱਕ ਸੋਚ ਰਿਹਾ ਹੋ ਕਿ ਆਪਾਂ ਆਪਣੀ ਗੱਡੀ 'ਚ ਕਿਉਂ ਨਹੀਂ ਆਏ, ਉਹਦੇ ਪਿੱਛੇ ਬਹੁਤ ਲੰਬੀ ਸਟੋਰੀ ਆ, ਉਹ ਵੀ ਦੱਸਾਂਗੇ, ਉਹ ਵੀ ਦੱਸਾਂਗੇ ਬਾਅਦ ਵਿੱਚ। ਤੇ ਆਪਾਂ ਪਹੁੰਚੇ ਕਿੱਥੇ ਕਿੱਥੇ ਪਹੁੰਚੇ ਆ, ਕਿੱਦਾਂ ਕਿੱਦਾਂ ਹੋ ਗਿਆ ਪਿਆਸ ਤਾਂ, ਕਿੱਧਰ ਕਹਾਂ ਜਾ ਰਹੇ ਹੋ, ਨਹੀਂ ਬਤਾਣਾ ਆਪਨੇ, ਮੇਰੀ ਰੀਲ ਬਣਾ ਕੇ ਦੇ। ਹਾਂਜੀ ਕੀ ਕਰਨਾ ਹੈ, ਕਿੱਥੇ ਚੱਲੇ ਹੋ, ਕਿੱਥੇ ਚੱਲੇ ਤੁਸੀਂ ਇੰਨੀ ਪੈਕਿੰਗ ਕਰਕੇ, ਇੰਨੀ ਪੈਕਿੰਗ ਕਰਕੇ, ਮੈਂ ਕਿਹਾ ਕਿੱਥੇ ਚੱਲੇ ਹੋ, ਇੰਨੀ ਪੈਕਿੰਗ ਕਰਕੇ ਸਮਾਨ ਲੈ ਕੇ ਕਿੱਥੇ ਚੱਲੇ ਹੋ। ਰਜੇ ਕਹਿੰਦਾ ਤੁਸੀਂ ਜਾ ਰਹੇ ਹੋ ਤੁਸੀਂ ਨਾਲ ਜਾਓ, ਤੇ ਆਪਾਂ ਹੁਣ ਢਾਬੇ ਤੇ ਹਾਂ, ਫਿਰ ਯਾਦ ਕਰੋਗੇ, ਯਾਦ ਆਏਗੀ ਤੁਹਾਨੂੰ, ਹੈਂ ਯਾਦ ਆਏਗੀ ਤੁਹਾਨੂੰ ਪਿੰਡ ਦੀਆਂ ਗਲੀਆਂ ਦੀ, ਬੋਲਣਾ ਤੁਸੀਂ ਕੁਛ ਹੈ ਨਹੀਂ, ਫਿਰ ਕਹਿਣਾ ਵਲੋਗ ਬਣਾਇਆ। ਕਿੱਧਰ ਦੀ ਤਿਆਰੀ ਤੇਰੀ, ਤੇਰੀ ਥੋੜ੍ਹੀ ਤਿਆਰੀ ਹੈ, ਕਿੱਡੀ ਖੁਸ਼ ਹਾਂ ਮੈਂ ਚੱਲਾਂ ਤੇ, ਹੈ ਨਾ, ਕੋਈ ਨਹੀਂ ਸਾਡਾ ਪੁੱਛਦੀ ਹੈ ਹੁਣ ਹਾਲ ਚਾਲ, ਤੂੰ ਵੀਡੀਓ ਕਾਲ ਤੇ ਬੰਦੀਏ ਤੂੰ, ਜੇ ਤੂੰ ਆਪਣੀ ਆਉਣਾ ਡੁੱਬ ਜਾਣੀਆਂ ਕੈਨੇਡਾ ਜਾ ਕੇ, ਟਿਕਟ ਇੱਕ ਮਿਲੀ ਗਈ, ਖਰਾ ਟਿਕਟ ਇੱਕ ਮਿਲੀ, ਟਿਕਟ ਹੀ ਇੱਕ ਮਿਲੀ, ਅਤੇ ਗਾਇਜ਼ ਹੁਣ ਆਪਾਂ ਇੱਥੋਂ ਪਰੌਂਠੇ ਪਰੌਂਠੇ ਖਾ ਲਏ ਆ, ਨਹੀਂ ਸੀ ਨੇ ਖਾ ਲਏ ਚਾਰ ਪੰਜ ਪਰੌਂਠੇ ਆਲੂ ਹੈ, ਅਤੇ ਹੁਣ ਆਪਾਂ ਇੱਧਰੋਂ ਨਿਕਲਣ ਲੱਗੇ ਹਾਂ, ਬਸ ਪੈਸੇ ਦੇ ਕੇ ਇਹਨਾਂ ਨੂੰ ਪੁੱਛ ਲੱਗਾ ਨਹੀਂ ਤਾਂ ਮੁੱਕੇ ਹੀ ਇਹਨਾਂ ਮੋਹਾਲੀ ਫਲੈਟ ਲਿਆ ਰੈਂਟ ਤੇ ਹੀ ਆ, ਬਟ ਆਪਾਂ ਸ਼ਿਫਟ ਹੋਏ ਸੀਗੇ ਮੋਹਾਲੀ, ਅੱਜ ਖਰੜ ਮੋਹਾਲੀ, ਖਰੜ ਤੇ ਪਹਿਲਾ ਦਿਨ ਸੀਗਾ ਸਾਡਾ, ਤੇ ਇਹ ਹੋਇਆ ਪੋਪਟ, ਇਹ ਹੋ ਗਿਆ ਸਾਡੇ ਨਾਲ ਕਿ ਫਲੈਟ ਬਹੁਤ ਸੋਹਣਾ, ਪਹਿਲਾਂ ਤੁਹਾਨੂੰ ਫਲੈਟ ਦੱਸਦੇ ਆ ਫਿਰ ਪੋਪਟ ਦੱਸਦੇ ਕੀ ਹੋਇਆ। ਆਹ ਸਾਡਾ ਸਾਰਾ ਫਲੈਟ ਸੀਗਾ, ਮਤਲਬ ਹਾਲੇ ਕੰਮ ਚੱਲ ਰਿਹਾ ਸੀ ਇਹਦਾ, ਤੇ ਆਪਾਂ ਕਿਹਾ ਸੀ ਆਪਾਂ ਬਈ ਸ਼ਿਫਟ ਹੋ ਜਾਂਦੇ ਹਾਂ, ਬਾਕੀ ਤੁਸੀਂ ਹੌਲੀ ਹੌਲੀ ਕਰਦੇ ਰਹੋ, ਮਤਲਬ ਸਾਰਾ ਮਤਲਬ ਸਮਾਨ ਵਗੈਰਾ ਸਭ ਨਵਾਂ ਲਿਆ ਕੇ ਦਿੱਤਾ ਉਹਨਾਂ ਨੇ, ਆਹ ਵੀ ਪੇਂਟ ਪੁੰਟ ਦੇ ਛਿੱਟੇ, ਮਤਲਬ ਐਲ ਈ ਡੀ ਪੈਨਲ ਵਗੈਰਾ, ਹਾਂ
ਬਹੁਤ ਸੋਹਣਾ ਫਲੈਟ ਸੀਗਾ ਇਹ, ਬਹੁਤ ਜ਼ਿਆਦਾ ਸੋਹਣਾ ਸੀਗਾ। ਅਤੇ ਪੰਗਾ ਪਾ ਦਿੱਤਾ ਇੱਕ ਚੀਜ਼ ਨੇ, ਉਹ ਵੀ ਤੁਹਾਨੂੰ ਵਿਖਾਉਂਦੇ ਪੰਗਾ ਕਿਹੜੀ ਚੀਜ਼ ਨੇ ਪਾਇਆ। ਆਹ ਸੀਗੇ ਕਿਚਨ, ਆਹ ਰੂਮ, ਬੈਡਰੂਮ, ਬੈੱਡ ਵਗੈਰਾ ਸਭ ਕੁਛ ਨਵਾਂ ਸੀਗਾ, ਅਲਮਾਰੀ। ਜਾਗੀਆਂ ਹਾਂ, ਤੇ ਆਖੋ ਲਾਈਟ ਦਾ ਸਿਸਟਮ ਵੀ ਵਧੀਆ ਸੀ ਯਾਰ ਇੱਥੇ। ਇੱਥੇ ਰਾਤੀ ਰੀਲਾਂ ਬਹੁਤ ਸੋਹਣੀਆਂ ਬਣਦੀਆਂ ਸੀ। ਉੱਚੀ ਅਤੇ ਕੰਮ ਕੀ ਖਰਾਬ ਹੋਇਆ ਸਾਡਾ, ਕੰਮ ਹੋਇਆ ਇਹ ਖਰਾਬ ਕਿ ਜਿਹੜੀਆਂ ਵੋਲਟੇਜ ਦੀਆਂ ਤਾਰਾਂ ਹੁੰਦੀਆਂ ਉਹ ਬਿਲਕੁਲ ਲੱਗ ਗਿਆ, ਅਤੇ ਆਪਾਂ ਰਿਸਕ ਨਹੀਂ ਲੈਣਾ ਚਾਹੁੰਦੇ ਕਿਉਂਕਿ ਆਪਾਂ ਫੈਮਿਲੀ ਨਾਲ ਸ਼ਿਫਟ ਹੋਣਾ। ਹੁਣ ਮੰਮੀ ਜਾਂ ਨੈਨਸੀ ਕਈ ਵਾਰੀ ਮਤਲਬ ਕੱਪੜੇ ਧੋ ਕੇ ਇੱਥੇ ਸੁੱਕਣੇ ਪਾਉਂਦੇ ਆ, ਅਤੇ ਇੱਥੋਂ ਤਾਰਾਂ ਖਿੱਚ ਲੈਣ ਲੱਗ ਕੇ ਨਾਲ ਹੀ ਤਾਂ ਤਾਰਾਂ ਚੁੱਕੇ ਤੇ ਤਾਰਾਂ ਦੇ ਮੈਨੂੰ, ਅਤੇ ਇਸ ਕਰਕੇ ਆਹ ਪੰਗਾ ਹੋ ਗਿਆ। ਅਤੇ ਹੁਣ ਆਪਾਂ ਇਹ ਰਿਸਕ ਨਹੀਂ ਲੈਣਾ ਚਾਹੁੰਦੇ, ਅਤੇ ਹੁਣ ਸਵੇਰੇ ਫਿਰ ਫਲੈਟ ਲੱਭਣਾ, ਮਤਲਬ ਸਭ ਤੋਂ ਜ਼ਿਆਦਾ ਔਖਾ ਇੱਥੇ ਆਹੀ ਹੈ ਕਿ ਫਲੈਟ ਲੱਭਣਾ, ਅਤੇ ਬੜਾ ਔਖਾ ਹੋ ਗਿਆ ਆਪਾਂ ਫਲੈਟ ਲੱਭਿਆ ਸੀਗਾ। ਬਾਥਰੂਮ ਖੁੱਲ੍ਹਾ, ਕਿਚਨ ਖਾ ਦਿੱਤੀ ਸੀ, ਅਤੇ ਆਪਾਂ ਨੂੰ ਕਿਚਨ ਹੀ ਬਹੁਤ ਸੋਹਣੀ ਲੱਗੀ ਸੀ ਆ ਵਾਲੀ, ਮਤਲਬ ਫਲੈਟ ਬਹੁਤ ਸੋਹਣਾ ਸੀਗਾ, ਫਲੈਟ 'ਚ ਕੋਈ 1% ਕਮੀ ਨਹੀਂ ਹੈਗੀ। ਬਟ ਇਹ ਕਿ ਬਸ ਖਲਾਰਾ ਤਾਂ ਹੀ ਆਏ, ਆਪਾਂ ਸਮਾਨ ਸਾਰਾ ਕੋਠੇ ਨਹੀਂ ਲੈ ਕੇ ਆਏ, ਥੱਲੇ ਫਲੈਟ 'ਚ ਹੀ ਰੱਖਤਾ ਕਿ ਚੱਲ ਕੱਲ੍ਹ ਥੱਲੇ ਥੱਲੇ ਲੈ ਜਾਵਾਂਗੇ, ਫਿਰ ਸਵੇਰੇ ਫਲੈਟ ਲੱਭਣਾ ਪੈਣਾ। ਹਾਂ ਫਿਲਟਰ ਬੰਦ ਕਰ, ਬਾਕੀ ਤੁਸੀਂ ਫਲੈਟ 'ਤੇ ਦੇਖ ਹੀ ਸਕਦੇ, ਫਲੈਟ ਬਹੁਤ ਸੋਹਣਾ ਸੀਗਾ, ਬਹੁਤ ਜ਼ਿਆਦਾ ਸੋਹਣਾ, ਮਸ ਹੋ ਗਏ ਥੱਕ ਕੇ।